ਬੱਚਿਆਂ ਦਾ ਅਮਨਜੋਤ ਸਿੰਘ ਮਨੀ ਸੀ ਜੀ। ਇਹ ਪਿਛਲੀ ਜੂਨ 2022 ਨੂੰ ਕੈਨੇਡਾ ਗਿਆ ਸੀ। ਉਦੋਂ ਕੁਛ ਦੇਰ ਉੱਥੇ ਰਹਿ ਕੇ ਉਹਦੇ ਇਨਫੈਕਸ਼ਨ ਆ ਗਈ ਸੀ ਲੀਵਰ 'ਚ। ਸੋ ਜਨਵਰੀ 'ਚ ਵਾਪਸ ਆਇਆ ਸੀਗਾ, ਕੁਛ ਮਹੀਨੇ ਇੱਥੇ ਲਾ ਕੇ 1 ਮਈ ਨੂੰ ਵਾਪਸ ਕੈਨੇਡਾ ਗਿਆ ਸੀ, ਅਤੇ ਜਿੱਥੇ ਕਿ 24 ਮਈ ਨੂੰ ਉਹਨੂੰ। ਪਰ ਮੈਨੂੰ ਲੱਗਦਾ ਸ਼ਾਇਦ ਉਹ ਜਿਹੜਾ ਪਹਿਲਾਂ ਵਾਲਾ ਕੈਨੇਡਾ ਸੀ ਉਹ ਹੁਣ ਰਿਹਾ ਨਹੀਂ, ਹੁਣ ਬਹੁਤ ਫਰਕ ਆ ਗਿਆ ਉਸ ਜ਼ਮੀਨ ਆਸਮਾਨ ਦਾ ਪਿਛਲੇ ਕੁਝ ਸਾਲਾਂ ਨਾਲੋਂ। ਉੱਥੋਂ ਦੇ ਲਾਈਫ ਸਟਾਈਲ 'ਤੇ ਮੈਨੂੰ ਲੱਗਦਾ ਫਰਕ ਆ, ਕਿਉਂਕਿ ਆਪਣਾ ਗਰਮ ਦੇਸ਼ ਆ, ਉੱਥੋਂ ਠੰਡੇ ਮੁਲਕ 'ਚ ਇੱਕ ਵਾਰੀ ਜਾਂਦੇ ਆ, ਉਹਦਾ ਸ਼ਾਇਦ ਖੂਨ ਗਾੜਾ ਹੋਣਾ ਵੀ ਇੱਕ ਵੱਡਾ ਕਾਰਨ ਹੈ। ਦੂਜਾ ਵੱਡਾ ਕਾਰਨ ਆ ਵੀ ਇੱਕ ਵਾਰੀ ਸਟ੍ਰੈਸ ਤਾਂ ਫੇਸ ਕਰਨੀ ਪੈਂਦੀ ਹੈ ਬੱਚੇ ਨੂੰ ਜਾ ਕੇ। ਸਾਡੇ ਵੱਡੇ ਵੀਰ ਪਵਿੱਤਰ ਸਿੰਘ ਨੋਣੀ, ਜੋ ਸਾਬਕਾ ਟਰੱਕ ਯੂਨੀਅਨ ਦੇ ਮੈਂਬਰ ਸੀ, ਉਹਨਾਂ ਦਾ ਖਲੋਤਾ ਬੇਟਾ ਸੀ ਅਮਰਜੋਤ ਸਿੰਘ ਮਣੀ ਮਾਨ, ਜਿਸ ਦੀ ਤਕਰੀਬਨ 30 ਸਾਲ ਉਮਰ ਸੀਗੀ। ਉਹ ਕਨੇਡਾ ਸ਼ਹਿਰ ਦੇ ਸਰੇਈ ਸ਼ਹਿਰ ਦੇ ਵਿੱਚ ਕਨੇਡਾ ਰਹਿ ਰਿਹਾ ਸੀਗਾ ਆਪਦੇ ਪਰਿਵਾਰ ਦੇ ਨਾਲ। ਉੱਥੇ ਉਹਨੂੰ ਅਚਨਚੇਤ ਸਾਈਲੈਂਟ ਆਪਣਾ ਦਿਲ ਦਾ ਦੌਰਾ ਪਿਆ, ਜਿਸ ਦੇ ਨਾਲ ਇਹ ਸਾਡੀ ਅਚਨਚੇਤ ਜਿਹੜੀ ਇਹ ਦੁੱਖਦਾਈ ਘਟਨਾ ਵਾਪਰ ਗਈ 24 ਤਰੀਕ ਨੂੰ। ਸੋ ਉਹਦਾ ਅੱਜ ਏਅਰਪੋਰਟ ਦੇ ਉੱਤੇ ਉਹਦੀ ਡੈੱਡ ਬੋਡੀ ਆਈ ਹੈ, ਜਿਸ ਨੂੰ ਲੈ ਕੇ ਸਾਡਾ ਵੱਡਾ ਵੀਰ ਆਪਦੇ ਬੇਟੇ ਨੂੰ ਲੈ ਕੇ ਆ ਰਿਹਾ ਹੈ, ਜਿਸ ਦਾ ਸੰਸਕਾਰ ਅੱਜ ਤਕਰੀਬਨ 12:30 ਵਜੇ ਆਰਾਮ ਬਾਗ ਮਾਨਸਾ ਦੇ ਵਿੱਚ ਕੀਤਾ ਜਾਵੇ। ਬੱਚਿਆਂ ਦਾ ਅਮਨਜੋਤ ਸਿੰਘ ਮਨੀ ਸੀ ਜੀ। ਇਹ ਪਿਛਲੀ ਜੂਨ 2022 ਨੂੰ ਕੈਨੇਡਾ ਗਿਆ ਸੀ। ਉਦੋਂ ਕੁਛ ਦੇਰ ਉੱਥੇ ਰਹਿ ਕੇ ਉਹਦੇ ਇਨਫੈਕਸ਼ਨ ਆ ਗਈ ਸੀ ਲੀਵਰ 'ਚ। ਸੋ ਜਨਵਰੀ 'ਚ ਵਾਪਸ ਆਇਆ ਸੀਗਾ, ਕੁਝ ਮਹੀਨੇ ਇੱਥੇ ਲਾ ਕੇ 1 ਮਈ ਨੂੰ ਵਾਪਸ ਕੈਨੇਡਾ ਗਿਆ ਸੀ, ਅਤੇ ਜਿੱਥੇ ਕਿ 24 ਮਈ ਨੂੰ ਉਹਨੂੰ ਸਾਇਲੈਂਟ ਅਟੈਕ ਆ ਗਿਆ। ਘਰੇ ਠੀਕ ਸੀ, ਲੀਵਰ ਵਾਲੀ ਇਨਫੈਕਸ਼ਨ ਤਾਂ ਠੀਕ ਸੀ, ਪਰ ਇੱਕ ਦਿਨ ਦੱਸਦੇ ਨੇ ਕਿ ਵੀ ਇੱਕ ਦਿਨ ਹੱਥ ਪੈਰ ਕੰਮ ਜਿਹਾ ਛੱਡ ਗਏ ਸੀ 10 ਕੁ ਦਿਨ ਪਹਿਲਾਂ ਉਦੋਂ ਡੈਥ ਹੋਣ ਤੋਂ। ਅਤੇ ਫਿਰ ਉਦੋਂ ਕਿਹਾ ਗਿਆ ਉਹਨੂੰ ਵੀ ਡਾਕਟਰ ਨੂੰ ਦਿਖਾਵੇ, ਫਿਰ ਡਾਕਟਰ ਨੂੰ ਉੱਥੇ ਦਿਖਾਇਆ ਤਾਂ ਉਹਨਾਂ ਨੇ ਟੈਸਟ ਲਈ 5 ਵਜੇ ਦਾ ਸਮਾਂ ਦਿੱਤਾ ਸੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਉੱਥੇ ਮੈਡੀਕਲ ਦਾ ਬਹੁਤ ਬੁਰਾ ਹਾਲ ਹੈ, ਟਾਈਮ ਨਹੀਂ ਮਿਲਦਾ। ਇਸ ਲਈ ਇੱਥੋਂ ਪਤਾ ਕੀਤਾ ਸੀ, ਕਹਿੰਦੇ ਖੂਨ ਗਾੜਾ ਦੀ ਪ੍ਰੋਬਲਮ ਹੈ, ਜਦੋਂ ਇੱਥੋਂ ਡਾਕਟਰ ਨਾਲ ਕੰਸਲਟ ਕੀਤਾ ਤਾਂ ਉਹਨਾਂ ਨੇ ਦੱਸਿਆ ਸੀ, ਪਰ ਜਦੋਂ ਉਹਨੂੰ ਕੁਛ ਕਰ ਪਾਉਂਦੇ ਉਦੋਂ 24 ਮਈ ਨੂੰ ਬੱਚੇ ਡੈਥ ਹੋ ਗਏ। ਗੱਲਾਂ ਤੁਹਾਡੇ ਨਾਲ ਹੁੰਦੀਆਂ ਸੀ, ਕੀ ਸੁਪਨੇ ਸੀ ਉਹਦੇ, ਕਿੱਦਾਂ ਦਾ ਸੁਭਾਅ ਸੀਗਾ? ਦੇਖੋ, ਸੁਭਾਅ ਬਹੁਤ ਵਧੀਆ ਸੀ, ਅੱਜ ਤੱਕ ਤਾਂ ਕਿਸੇ ਨੂੰ ਕਦੇ ਮੈਂ ਤਾਂ ਜਾਣਦਾ ਨਹੀਂ ਵੀ ਕਿਸੇ ਨੂੰ ਉੱਚਾ ਵੀ ਬੋਲਿਆ ਹੋਵੇ। ਉਹ ਸੁਭਾਅ ਬਹੁਤ ਵਧੀਆ ਸੀ, ਸਗੋਂ ਵਧੀਆ ਉਹਦੇ ਫਿਊਚਰ ਦੀ ਤਲਾਸ਼, ਜਿਵੇਂ ਆਮ ਬੱਚੇ ਜਾਂਦੇ ਨੇ ਕੈਨੇਡਾ ਗਿਆ ਸੀ। ਪਰ ਮੈਨੂੰ ਲੱਗਦਾ ਸ਼ਾਇਦ ਉਹ ਜਿਹੜਾ ਪਹਿਲਾਂ ਵਾਲਾ ਕੈਨੇਡਾ ਸੀ ਉਹ ਹੁਣ ਰਿਹਾ ਨਹੀਂ, ਹੁਣ ਬਹੁਤ ਫਰਕ ਆ ਗਿਆ ਉਸ ਜ਼ਮੀਨ ਆਸਮਾਨ ਦਾ ਪਿਛਲੇ ਕੁਝ ਸਾਲਾਂ ਨਾਲੋਂ। ਉੱਥੋਂ ਦੇ ਲਾਈਫ ਸਟਾਈਲ 'ਤੇ ਮੈਨੂੰ ਲੱਗਦਾ ਫਰਕ ਆ, ਕਿਉਂਕਿ ਆਪਣਾ ਗਰਮ ਦੇਸ਼ ਆ, ਉੱਥੋਂ ਠੰਡੇ ਮੁਲਕ 'ਚ ਇੱਕ ਵਾਰੀ ਜਾਂਦੇ ਆ, ਉਹਦਾ ਸ਼ਾਇਦ ਖੂਨ ਗਾੜਾ ਹੋਣਾ ਵੀ ਇੱਕ ਵੱਡਾ ਕਾਰਨ ਹੈ। ਦੂਜਾ ਵੱਡਾ ਕਾਰਨ ਹੈ ਵੀ ਇੱਕ ਵਾਰੀ ਸਟ੍ਰੈਸ ਤਾਂ ਫੇਸ ਕਰਨੀ ਪੈਂਦੀ ਹੈ ਬੱਚੇ ਨੂੰ ਜਾ ਕੇ, ਨਵੇਂ ਸਿਰੋਂ ਜ਼ਿੰਦਗੀ ਸ਼ੁਰੂ ਕਰਨੀ।